ਸੋ ਕੀਦਾ ਕੀਦਾ ਕੰਡਾ ਕੱਢਣਾ ਗੱਭਰੂ ਜਵਾਨ ਪੁੱਤੇ ਹਮੇਸ਼ਾ ਦੀ ਤਰ੍ਹਾਂ ਵਿਵਾਦਾਂ 'ਚ ਰਹਿਣ ਵਾਲੇ ਸਿੱਧੂ ਮੂਸੇਵਾਲਾ ਕਿਸੇ ਨਾ ਕਿਸੇ ਸੌਂਗ ਨੂੰ ਲੈ ਕੇ ਜਾਂ ਕਿਸੇ ਨਾ ਕਿਸੇ ਕੰਟਰਵਰਸੀ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਨੇ, ਪਰ ਤੁਹਾਨੂੰ ਦੱਸ ਦਿੰਦੇ ਹਾਂ ਇਹ ਪੰਜਾਬੀ ਸਿੰਗਰ ਅੱਜ ਕੱਲ੍ਹ ਦੀ ਨੌਜਵਾਨ ਦੀ ਪੀੜ੍ਹੀ ਨੇ ਹੀ ਇਹਨਾਂ ਨੂੰ ਸਟਾਰ ਬਣਾਇਆ ਹੁੰਦਾ, ਪਰ ਇਹੀ ਪੰਜਾਬੀ ਸਿੰਗਰ ਨੌਜਵਾਨਾਂ ਦੇ ਸਿਰ ਤੇ ਚੜ ਕੇ ਬੋਲਦੇ ਨੇ। ਦੇਖੋ ਸਿੱਧੂ ਮੂਸੇਵਾਲਾ ਨੇ ਲਾਈਵ ਬੋਲਿਆ ਕਿ ਜ਼ਮਾਨਤ ਤੇ ਬਾਹਰ ਆਇਆ ਹੋਇਆ ਵੈਰੀਆਂ ਨੇ ਦਰਦਾ ਜੋ ਉਠਾਇਆ ਹੋਇਆ ਹੁਣ ਦੱਸੋ ਕਿਹਦਾ ਕਿਹਦਾ ਕੰਡਾ ਕੱਢਣਾ ਗੱਭਰੂ ਜਵਾਨ ਪੁੱਤੇ। ਤੁਸੀਂ ਸੁਣਿਆ ਨਾ ਸਿੱਧੂ ਮੂਸੇਵਾਲਾ ਨੇ ਕੀ, ਤੁਹਾਨੂੰ ਇੱਕ ਵਾਰੀ ਦੁਬਾਰਾ ਫਿਰ ਸੁਣਾ ਦਿੰਨੇ ਹਾਂ ਸਿੱਧੂ ਮੂਸੇਵਾਲਾ ਨੇ ਲਾਈਵ ਕੀ ਬੋਲਿਆ। ਹੋ ਜੁੱਤੀ ਵਾਲੀ ਮਿੱਟੀ ਵਾਂਗੂ ਚਾਹ ਰੱਖੂੰਗਾ ਵੈਰੀਆਂ ਨੇ ਦਰਦਾ ਜੋ ਉਠਾਇਆ ਹੋਇਆ ਹੁਣ ਦੱਸੋ ਕਿਹਦਾ ਕਿਹਦਾ ਕੰਡਾ ਕੱਢਣਾ ਗੱਭਰੂ ਜਵਾਨ ਪੁੱਤੇ। ਤੁਹਾਨੂੰ ਦੱਸ ਦਿੰਦੇ ਹਾਂ ਪਿਛਲੇ ਦਿਨ ਹੀ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਤੇ ਪਿਛਲੇ ਦਿਨ ਹੀ ਕੰਪਲੇਂਟ ਤੇ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹ ਜ਼ਮਾਨਤ ਲੈ ਕੇ ਦਿੜਬਾ ਸ਼ੋਅ ਤੇ ਪਹੁੰਚੇ ਤੇ ਉਹਨਾਂ ਨੇ ਵਿਰੋਧੀਆਂ ਨੂੰ ਇਸ ਤਰ੍ਹਾਂ ਆਪਣਾ ਜਵਾਬ ਦਿੱਤਾ ਹੈ। ਚੱਲਦਾ ਹੈ ਧੱਕਾ ਅਸੀਂ